Shut up.
मुद्रा मद के
ਸਪਸ਼ਟ ਕਰ ਸਕਦੇ ਹਾਂ
ਨਸ਼ੇ ਦੀ ਇੱਕ ਗੱਲ ਤੋਂ ਮੁਨਕਰ ਨੇ ਉਹ ਹੈ ਕਿ ਦੁੱਖ ਭੁਲਾਉਂਦਾ ਹੈ। ਲੋਕ ਇਹੀ ਕਹਿੰਦੇ ਨੇ ਨਸ਼ਾ ਦੁੱਖ ਭੁਲਾਉਂਦਾ, ਮਸਤੀ ਲਿਆਉਂਦਾ। ਕਹਿਣ ਲੱਗੇ ਨਸ਼ਾ ਪਾ ਕੇ, ਮੈਂ ਕਿਹਾ ਕਿ ਐਡੀ ਅਜੀਬ ਗੱਲ ਹੈ, ਨਸ਼ਾ ਤਾਂ ਰੋਟੀ ਵਿੱਚ ਵੀ, ਸਿਗਰਟ ਮਰਿਆਦਾ ਵਿੱਚ ਵੀ ਇੱਕ ਲਫ਼ਜ਼ ਪਾ ਦਿੱਤੇ ਗਏ ਕਿ ਨਸ਼ਾ ਕੇਵਲ ਰੋਟੀ ਦਾ ਕਰਦਾ ਜਦੋਂ ਤੁਸੀਂ ਪ੍ਰਸ਼ਾਦ ਛੱਕ ਲੈਂਦੇ ਹੋ, ਅੱਜ ਕੇ ਖਾਣਾ ਖਾ ਲਓ, ਉਸੇ ਵਕਤ ਨੀਂਦ ਆਉਣ ਲੱਗ ਪੈਂਦੀ, ਸਿਰ ਪਾਰਾ ਹੋ ਜਾਂਦਾ, ਨਸ਼ੇ ਦਾ ਆਰੰਭ ਸ਼ੁਰੂ ਹੋ ਜਾਂਦਾ। ਦੁੱਧ ਵਿੱਚ ਭੋਜਨ ਵਿੱਚ ਨਸ਼ਾ ਹੈ। ਡਾਕਟਰ ਜਿਹੜੇ ਸਾਨੂੰ ਅਨੇਕਾਂ ਗੋਲੀਆਂ ਦਿੰਦੇ ਨੇ ਪੀੜਾ ਵੀ ਦਰਦ ਵੀ ਲਈ, ਜਿਹਨੂੰ ਅਸੀਂ ਪੇਨ ਕਿਲਰ ਆਖਦੇ ਹਾਂ, ਉਹ ਪੇਨ ਕਿਲਰ ਦਾ ਮਤਲਬ ਕੀ ਹੈ? ਦੁੱਖ ਨੂੰ ਪੀੜਾ ਨੂੰ ਭੁਲਾ ਦੇਣ ਵਾਲੀ। ਗੁਰੂ ਕਹਿੰਦੇ ਗੱਲ ਠੀਕ ਹੈ, ਪਰ ਕੁਝ ਸਮੇਂ ਲਈ ਪੀੜਾ ਭੁੱਲ ਜਾਣੀ ਇੱਕ ਪੀੜਾ ਦਾ ਇਲਾਜ ਨਹੀਂ ਹੁੰਦਾ। ਪੀੜਾ ਦਾ ਇਲਾਜ ਨਹੀਂ, ਹਮੇਸ਼ਾ ਲਈ ਪੀੜਾ ਭੁੱਲ ਜਾਣੀ, ਖਤਮ ਹੋ ਜਾਣੀ। ਇਹ ਮਨ ਵਿੱਚ ਖਿਆਲ ਹੀ ਨਾ ਰਹਿਣਾ ਕਿ ਪੀੜਾ ਨਾਮ ਦੀ ਚੀਜ਼ ਹੈ। ਇਹ ਬਲਵਾਨ ਨਸ਼ਾ, ਨਸ਼ਾ ਤੇ ਹੋਣਾ ਚਾਹੀਦਾ। ਹਰਿਮਣੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ, ਪੀੜਾ ਭੁੱਲ ਗਈ। ਭਾਈ ਮਤੀ ਦਾਸ ਦਾ ਤਨ ਆਲੇ ਨਾਲ ਚੀਰਿਆ ਜਾ ਰਿਹਾ, ਪੀੜਾ ਭੁੱਲ ਗਈ। ਇਹ ਕਿਹੜਾ ਨਸ਼ਾ ਹੈ? ਕਹਿਣ ਲੱਗੇ ਨਸ਼ਾ ਤੇ ਚਾਹੀਦਾ। ਦਿਨ ਮੈਂ ਅਸ ਕੀਤੀ ਸੀ ਉਸ ਟੈਕਟਰੀ ਦੇਖਿਆ, ਮੈਂ ਕਿਹਾ ਨਸ਼ਾ ਬਦਲਣਾ, ਨਸ਼ਾ ਖਤਮ ਨਹੀਂ ਕਰਨਾ। ਗੁਰਮਤ ਨਸ਼ਾ ਬਦਲਦੀ ਹੈ, ਤੇ ਇੱਥੇ ਵੀ ਲਫ਼ਜ਼ ਬਾਬਾ ਕਬੀਰ ਜੀ ਨੇ ਇਹੋ ਗੱਲ ਆਖ ਦਿੱਤੀ। ਕਹਿਣ ਲੱਗੇ ਕਹੇ ਕਬੀਰ ਸਗਲੇ ਮਦ ਛੂਛੇ, ਮਦ ਕਹਿੰਦੇ ਨੇ ਨਸ਼ੇ ਨੂੰ, ਭਾਵੇਂ ਹੌਲੀ ਹੌਲੀ ਮਦ ਲਫ਼ਜ਼ ਸ਼ਰਾਬ ਤੇ ਟਿਕ ਗਿਆ। ਅਜੇ ਤੱਕ ਹਿੰਦੁਸਤਾਨ ਦੇ ਯੂਪੀ ਵਗੈਰਾ ਉਹਨਾਂ ਸ਼ਹਿਰਾਂ ਵਿੱਚ ਜਾਓ ਨਾ, ਤੇ ਉੱਥੋਂ ਦੀ ਬੋਲੀ ਮੁਤਾਬਕ ਉੱਥੇ ਸ਼ਰਾਬ ਦੇ ਠੇਕੇ ਤੇ ਲਿਖਿਆ ਹੁੰਦਾ ਮਧੂਸ਼ਾਲਾ, ਨਸ਼ੇ ਦਾ ਟਿਕਾ, ਸ਼ਰਾਬ ਘਰ। ਮਦ ਦਾ ਅਰਥ ਹੈ ਨਸ਼ਾ, ਤੇ ਬਾਬਾ ਕਬੀਰ ਜੀ ਨੇ ਇੱਕ ਲਫ਼ਜ਼ ਕਿਹਾ ਕਹੇ ਕਬੀਰ ਸਗਲੇ ਮਦ ਛੂਛੇ, ਕੋਈ ਨਸ਼ਾ ਹੋਰ ਵੀ ਹੈ ਜਿਹੜਾ ਗੁਰਬਾਣੀ ਨੇ ਆਖਿਆ ਮਹੱਤੋ ਮਹੱਤੋ ਹਰ ਰੰਗ ਮਾਤੋ। ਕਹਿਣ ਲੱਗੇ ਮੈਨੂੰ ਵੀ ਮਸਤੀ ਆਈ ਹੋਈ ਹੈ, ਮੈਂ ਬੜਾ ਨਸ਼ਈ ਹਾਂ, ਨਸ਼ੇ ਵਿੱਚ ਮਸਤ ਹਾਂ। ਮਤ ਉਹਦਾ ਮਤਲਬ ਨਾ ਮਤਿਆ ਜਾਣਾ, ਨਸ਼ਈ ਹੋ ਜਾਣਾ, ਮਸਤ ਹੋ ਜਾਣਾ। ਤੇ ਕਹਿਣ ਲੱਗੇ ਜਿਹਦੇ ਵਿੱਚੋਂ ਮੈਨੂੰ ਇਹ ਮਸਤੀ ਮਿਲੀ ਹੈ ਨਾ, ਬਸ ਮੈਂ ਹੁਣ ਉਹੋ ਹੀ ਨਸ਼ਾ ਕਰਨਾ। ਜਿਹਦੇ ਚ ਮੈਨੂੰ ਨਸ਼ਾ ਹੁੰਦਾ, ਸਿਓ ਮਨ ਰਾਤੋ ਪੀਓ
ਕਰੋ। ਜਿਹੜੇ ਨਸ਼ਾ ਤੁਸੀਂ ਕਰਦੇ ਹੋ ਠੇਕਿਆਂ ਤੋਂ ਖਰੀਦਦੇ ਫਿਰਦੇ ਹੋ, ਮੈਨੂੰ ਤੇ ਮੇਰੇ ਗੁਰੂ ਨੇ ਉਹ ਨਸ਼ਾ ਦਿੱਤਾ, ਉਹੀ ਪੀਓ, ਉਹੀ ਖੀਓ, ਗੁਰਾ ਦੀਓ, ਮੈਨੂੰ ਉਹ ਨਸ਼ਾ ਗੁਰੂ ਨੇ ਦਿੱਤਾ। ਮੈਂ ਕਿੱਥੋਂ ਬਾਜ਼ਾਰੋਂ ਬੋਲ ਨਹੀਂ ਖਰੀਦ ਕੇ ਲਿਆਂਦਾ, ਤੇ ਫਿਰ ਉਹਨੇ ਮੇਰੇ ਕੋਲੋਂ ਕੀਮਤ ਵੀ ਨਹੀਂ ਮੰਗੀ। ਕਿਹੜੀ ਅਜੀਬ ਗੱਲ ਹੈ, ਤੁਸੀਂ ਕਿਸੇ ਪੱਬ ਤੇ ਜਾਓ, ਕਿਸੇ ਸ਼ਰਾਬਖਾਨੇ ਜਾਓ, ਉੱਥੇ ਆਪਣੇ ਔਖਾ ਦੁੱਖਾਂ ਦੀ ਕਮਾਈ ਕੀਤੀ ਹੋਈ ਜਾ ਕੇ ਸਮਰ ਤੋਂ ਲੋਕ ਘਰ ਬਰਬਾਦ ਕਰ ਲੈਂਦੇ ਨੇ ਸ਼ਰਾਬ ਤੋਂ ਦੇ ਠੇਕੇ ਤੇ ਜਾ ਕੇ, ਉਹ ਮੁੱਲ ਮੰਗਦਾ। ਪਰ ਜਿਹੜਾ ਨਸ਼ਾ ਮੈਨੂੰ ਗੁਰੂ ਨੇ ਦਿੱਤਾ ਹੈ ਨਾ, ਉਹਨੇ ਮੈਨੂੰ ਦਾਨ ਵਿੱਚ ਦਿੱਤਾ ਹੈ, ਉਹਦਾ ਮੁੱਲ ਵੀ ਨਹੀਂ ਮੰਗਿਆ, ਮੈਂ ਉਹੀ ਪੀਂਦਾ, ਉਹੀ ਖਾਂਦਾ। ਸਰੀਰ ਨੂੰ ਵੀ ਬਰਬਾਦ ਕਰਦਾ ਹੋਵੇ, ਆਤਮਾ ਦੀ ਮਤ ਨੂੰ, ਸੁਚੇਤ ਸੁਰਤ ਨੂੰ, ਚੇਤਨਤਾ ਨੂੰ ਵੀ ਬਰਬਾਦ ਕਰਦਾ ਹੋਵੇ। ਜਿਹੜੇ ਨਸ਼ੇ ਤੁਸੀਂ ਕਰਦੇ ਹੋ ਨਾ, ਜਿਹਨੂੰ ਢੂੰਡਦੇ ਫਿਰਦੇ ਹੋ, ਵਿਸ਼ਵਾਸ ਕਰੋ, ਜਿਸ ਨਸ਼ਿਆਂ ਲਈ ਤੁਸੀਂ ਇੰਨੀਆਂ ਦੁਕਾਨਾਂ ਉੱਤੇ ਇੰਨੇ ਪੰਪ ਖੋਲ੍ਹੇ ਨੇ, ਉਸ ਨਸ਼ੇ ਤੇ ਜਾ ਕੇ ਮਤ ਸੁਰਤ ਮਾਰੀ ਜਾਂਦੀ ਹੈ। ਨਸ਼ਾ ਮੈਨੂੰ ਗੁਰੂ ਨੇ ਰਹਿਮਤ ਕਰਕੇ ਪਿਆਲਾ ਭਰ ਕੇ ਦੇ ਦਿੱਤਾ, ਗੁਰੂ ਮੇਰਾ ਆਪ ਸਾਕੀ ਬਣ ਗਿਆ, ਪਿਆਣ ਵਾਲਾ ਬਣ ਗਿਆ। ਉੱਥੇ ਸੁਰਤ ਮਾਰੀ ਨਹੀਂ ਜਾਂਦੀ, ਬਲਕਿ ਸੁਰਤ ਵਿੱਚ ਗਿਆਨ ਪੈਦਾ, ਚੇਤਨਤਾ ਪੈਦਾ ਹੋ ਜਾਂਦੀ। ਤੂੰ ਆਪਣੀ ਕਿਸਮ ਦੇ ਨਸ਼ਿਆਂ ਨੂੰ ਢੂੰਡਣ ਲਈ ਦੁਕਾਨਾਂ ਪੱਬ ਬਣਾਏ ਤੇ ਰੋਜ਼ ਤੁਰ ਪੈਂਦਾ, ਰਸ਼ ਬੜਾ ਹੈ, ਪਰ ਜਿਹੜਾ ਨਸ਼ਾ ਮੈਨੂੰ ਚਾਹੀਦਾ ਹੈ ਨਾ, ਜਿਹੜਾ ਗੁਰੂ ਬਖਸ਼ਿਸ਼ ਕਰਕੇ ਦਿੰਦਾ, ਮੈਂ ਇਸੇ ਲਈ ਗੁਰੂ ਦੇ, ਸੱਚੇ ਗੁਰੂ ਦੇ ਦਰਬਾਰ ਦੀ ਢੂੰਡ ਵਿੱਚ ਦਿਨ ਰਾਤ ਫਿਰ ਰਿਹਾ, ਕਿਤੇ ਮੈਨੂੰ ਉਹ ਨਸ਼ਾ ਦੇਣ ਵਾਲਾ ਮੇਰਾ ਸਤਿਗੁਰੂ ਮਿਲ ਜਾਏ। ਮੈਂ ਉਹਦੇ ਅੱਗੇ ਤਨ ਮਨ ਸੌਂਪ ਰਿਹਾ, ਜਪ ਤਪ ਸੰਜਮ ਜਿਹੜੇ ਮੈਨੂੰ ਕਰਮ ਕਾਂਡ ਸਿਖਾਉਂਦੇ, ਮੈਂ ਸਾਰੇ ਉੱਥੇ ਛੱਡ ਦੇ, ਆਖਾ ਲੈ ਲੈ, ਮੈਨੂੰ ਨਹੀਂ ਲੋੜ ਇਹਨਾਂ ਦੀ, ਮੈਨੂੰ ਤੂੰ ਨਾਮ ਦਾ ਨਸ਼ਾ ਦੇ, ਇਹ ਲੈ ਲੈ। ਮੈਂ ਤਾਂ ਉਸ ਸਾਕੀ ਨੂੰ ਢੂੰਡਦਾ ਫਿਰਨਾ, ਜਿਹੜਾ ਮੈਨੂੰ ਭਰ ਕੇ ਸੁਰਤੀ ਦੇ ਪਿਆਲੇ ਨੂੰ, ਉਹ ਮਦ ਉਹ ਨਸ਼ਾ ਦੇ ਦੇਵੇ। ਚੱਲ ਪੈਂਦੀ, ਫਿਰ ਮੈਨੂੰ ਜ਼ਿਕਰ ਕਰਨਾ ਪੈਂਦਾ ਜੀ, ਕਿਵੇਂ ਬਣਦਾ ਉਹ ਨਸ਼ਾ। ਬਾਬਾ ਕਬੀਰ ਜੀ ਨੇ ਸੰਖੇਪ ਵਿੱਚ ਜਵਾਬ ਦੇ ਕੇ ਅੱਗੇ ਤੁਰਾਂ ਕਹਿੰਦੇ ਨੇ, ਉਹ ਮਟਕੀ ਕਲਾਲਨ ਕਹਿੰਦੇ, ਉਹ ਮਟਕੀ
ਜਿਹਦੇ ਵਿੱਚ ਸ਼ਰਾਬ ਦੀ ਵੱਟੀ ਪਾਈ ਜਾਂਦੀ ਹੈ। ਜਿਹੜੇ ਕੱਢਦੇ ਨੇ ਸ਼ਰਾਬ, ਉਹਨਾਂ ਨੂੰ ਮਟਕੀ ਦੀ ਲੋੜ ਹੁੰਦੀ। ਕਹਿੰਦੇ ਨੇ ਮੇਰੇ ਰੱਬ ਨੇ ਇਹ ਸਰੀਰ ਮੈਨੂੰ ਉਸ ਨਾਮ ਦੇ ਨਸ਼ੇ ਦਾ, ਅੰਮ੍ਰਿਤ ਦੇ ਨਸ਼ਾ ਤਿਆਰ ਕਰਨ ਲਈ ਇੱਕ ਮਟਕੀ ਦੇ ਦਿੱਤੀ, ਕਾਰੇ ਦੇ ਵਿੱਚ ਤਿਆਰ। ਜੇ ਇਹ ਮੈਨੂੰ ਕਾਇਆ ਨਾ ਮਿਲਦੀ, ਇਹ ਸਰੀਰ ਨਾ ਮਿਲਦਾ, ਤੇ ਖੌਰੇ ਮੈਂ ਉਹ ਨਸ਼ਾ ਵੀ ਤਿਆਰ ਨਾ ਕਰ ਸਕਦਾ। ਕਾਇਆ ਕਲਾ ਲੜਕੀ ਇਹਦੇ ਵਿੱਚ ਹੁਣ ਇਕੱਠਾ ਕਰ ਲਹਿਣ, ਉਹ ਸਮਾਨ। ਲਹਿਣ ਦਾ ਮਤਲਬ ਉਹ ਸਮਾਨ ਜਿਹਦੇ ਨਾਲ ਸ਼ਰਾਬ ਤਿਆਰ ਹੁੰਦੀ, ਜਿਹੜਾ ਉਸ ਮਟਕੀ ਵਿੱਚ ਪਾਇਆ ਜਾਂਦਾ। ਉਹਦੇ ਵਿੱਚ ਪੈਂਦਾ ਗੁੜ, ਉਹਦੇ ਵਿੱਚ ਪੈਂਦੇ ਨੇ ਸੱਪ, ਜਿਹਦੇ ਨਾਲ ਕਸ ਚੜ੍ਹਦੀ ਖੱਟਾ ਪੈਦਾ ਹੁੰਦਾ। ਕਹਿਣ ਲੱਗੇ ਮੈਂ ਹੁਣ ਉਸ ਕਾਇਆ ਕਲਾਲਣ ਵਿੱਚ ਸ਼ਬਦ ਦਾ ਗੁੜ ਪਾ। ਇਸ ਲਈ ਖਿਆਲ ਕਰਿਓ, ਸ਼ਬਦ ਨੂੰ ਗੁੜ ਆਖਿਆ ਨੇ, ਖੱਟਾ ਨਹੀਂ ਆਖਿਆ ਨੇ, ਕਸ ਨਹੀਂ ਆਖਿਆ। ਸ਼ਬਦ ਚੋੜ ਕੇ ਨਹੀਂ ਖੂਬਸੂਰਤ ਹੈ, ਹਾਲਾਂਕਿ ਪੈਂਦੀ ਉਹ ਵੀ ਹੈ, ਪਰ ਉਹਨੂੰ ਕਸ ਆਖਿਆ, ਉਹਨੂੰ ਕੱਟਣਾ, ਕੱਟ ਕੱਟ ਕੇ, ਕਿਉਂਕਿ ਕਸ ਜਿਹੜੇ ਨੇ ਉਹ ਕੱਟ ਕੱਟ ਕੇ ਪਾਏ ਜਾਂਦੇ ਨੇ ਸੱਕ। ਕ੍ਰਿਸ਼ਨ ਕਾਮ ਕ੍ਰੋਧ ਮਦ ਮਤ ਸਰ, ਇਹਨਾਂ ਨੂੰ ਕੱਟ, ਇਹਨਾਂ ਦੇ ਟੁਕੜੇ ਟੁਕੜੇ ਕਰਕੇ ਮੇਰੇ ਪਾ ਦੇ, ਖਤਮ ਹੋ ਜਾਣਾ। ਕ੍ਰਿਸ਼ਨ ਕਾਮ ਕ੍ਰੋਧ ਮਦ ਮਤ ਸਰ, ਕਾਟ ਕਾਟ ਰਸ ਦੀਨ ਰੇ। ਇਉਂ ਬਣਦਾ ਹੈ ਇਹ ਨਾਮ ਦਾ ਸੱਚ ਦਾ ਨਸ਼ਾ, ਤੇ ਬਖਸ਼ਿਸ਼ ਕਰਦਾ ਗੁਰੂ। ਕਹਿਣ ਲੱਗੇ ਕੋਈ ਹੈ ਰੇ ਸੰਤ, ਸਹਿਜ ਸੁਖ ਅੰਤਰ ਜਪ 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 ਤਪ ਦਿਓ ਦਲਿਆਲੀ ਰੇ, ਮੈਂ ਆਪਣੇ ਸਾਰੇ ਜਪ ਤਪ ਸੰਜਮ ਐਸੇ ਗੁਰੂ ਦੇ ਸਾਹਮਣੇ ਸੰਤ ਤੋਂ ਬਹਾਦਰ ਨੂੰ ਮੈਂ ਸਮਰਪਣ ਕਰਦੇ ਹਾਂ। ਜਿਹੜਾ ਕਲਾਲੀ ਭਾਵ ਸਾਖੀ ਕਲਾਲ, ਜਿਹੜਾ ਸਾਖੀ ਮੈਨੂੰ ਇਸ ਨਾਮ ਅੰਮ੍ਰਿਤ ਦੇ ਇਸ ਨਸ਼ੇ ਦਾ ਪਿਆਲਾ ਪਾ ਕੇ ਦੇਵੇ। ਪੂਰਾ ਸਾਹਿਬ ਪਿਆਲਾ ਸਹਿਜੇ ਕਿਸੇ ਪਿਆਲੇ ਜਾਂ ਕੋਈ ਨਾ ਕਰੇ ਐਗਜ਼ਾਮਪਲ ਦੇਣ ਲਈ ਰੁਕ ਸਕਦੇ। ਹੁਣ ਤੁਸੀਂ ਸੋਚਿਓ, ਕਿਉਂਕਿ ਸਿਰਫ ਆਪਣੀ ਹੱਥ ਕਰਕੇ ਤੁਰ ਜਾਣ ਦਾ ਮਕਸਦ ਨਹੀਂ, ਅਸੀਂ ਵਿੱਚੋਂ ਕੁਝ ਢੂੰਡਣਾ ਹੁੰਦਾ ਹੈ। ਹੁਣ ਸੋਚਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਆਖ ਰਹੀ ਹੈ ਸਗਲੇ ਮਤ ਛੂਛੇ, ਕਹਿ ਕਬੀਰ ਸਗਲੇ ਮਤ ਛੂਛੇ ਪ੍ਰਵਾਨ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਇਹ ਫੈਸਲਾ ਦੇ ਰਹੀ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਭਾਵ ਕਰੇ, ਤੇ ਮਦ ਇੱਕ ਤਰ੍ਹਾਂ ਦਾ ਨਹੀਂ, ਨਸ਼ਾ ਇੱਕ ਤਰ੍ਹਾਂ ਦਾ ਨਹੀਂ, ਕੁਝ ਮਨ ਦੇ ਨਸ਼ੇ ਨੇ, ਕੁਝ ਤਨ ਦੇ ਨਸ਼ੇ ਨੇ। ਮਨ ਦੇ ਨਸ਼ਿਆਂ ਦਾ ਵੀ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਜੋਬਨ ਧਨ ਪ੍ਰਭਤਾ ਕਹਿ ਮਾਧਮੇ ਐਨ ਸੁਰਾ ਦੀਵਾਨ, ਦੀਵਾਨਾ ਦਾ ਮਤਲਬ ਕਿ ਮਸਤ ਨਸ਼ਈ। ਜਵਾਨੀ ਦੇ ਨਸ਼ੇ ਵਿੱਚ ਵੀ ਮਨੁੱਖ ਨਸ਼ਈ ਹੁੰਦਾ, ਮੋਢੇ ਮਾਰ ਮਾਰ ਕੇ ਹੁੰਦਾ, ਗੁਰਬਾਣੀ ਨੇ ਕਹਿ ਦਿੱਤਾ। ਦੂਜਾ ਪੈਰ ਭਇਆ, ਦੂਜੇ ਪੈਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲੈ ਗਈ ਦੇ, ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ। ਮਨ ਮੱਤਾ ਅੱਗੇ ਮੱਤਾ ਰੱਖੀ, ਉਹੀ ਮਾਤਾ ਨਸ਼ੇ ਵਿੱਚ, ਜਵਾਨੀ ਵਿੱਚ ਵੀ ਮਨ ਮੱਤਿਆ ਹੋ, ਹੰਕਾਰੀ ਨਸ਼ੇ ਵਿੱਚ ਭਲਾ ਬੁਰਾ ਵੀ ਨਹੀਂ ਪਛਾਣ ਸਕਦਾ। ਇਹੋ ਹਾਲਤ ਸ਼ਰਾਬੀ ਦੀ ਹੁੰਦੀ, ਇਹੋ ਹਾਲਤ ਨਸ਼ਈ ਦੀ ਹੁੰਦੀ, ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ। ਮਨ ਮੱਤਾ ਅਹਮੇ
ਕਿ ਨਸ਼ਾ ਜੋਬਨ ਨਸ਼ਾ ਧਨ ਦੌਲਤ ਨਸ਼ਾ ਪ੍ਰਭਤਾ ਮਾਨ ਸਨਮਾਨ ਜ਼ਿਆਦਾ ਮਿਲ ਜਾਏ ਲੋਕ ਸਲਾਮਾ ਕਰਨ ਵਾਲੇ ਹੋਣ ਉਹ ਵੀ ਮਨੁੱਖ ਨਸ਼ਾ ਦਿਨ ਰਾਤ ਉਸਦੀ ਦੀਵਾਨਗੀ ਉਸਦੀ ਮਸਤੀ ਵਿੱਚ ਰਹਿੰਦਾ ਸਾਰੇ ਨਸ਼ਿਆਂ ਨੂੰ ਗੁਰੂ ਕਹਿੰਦੇ ਨੇ ਸਗਲੇ ਮਦ ਛੁੱਛੇ ਜਿਹੜਾ ਧਨ ਦੇ ਨਸ਼ੇ ਵਾਲਾ ਹੈ ਸਵੇਰੇ ਘਾਟਾ ਪੈ ਗਿਆ ਉਹਨੂੰ ਰਾਤ ਭਰਨੀ ਤਾਂ ਨਹੀਂ ਆਉਂਦੀ ਨਸ਼ਾ ਉਤਰ ਗਿਆ ਸਵੇਰੇ ਘਾਟਾ ਪੈ ਗਿਆ ਆਪਣੇ ਵਿਹਾਰ ਵਿੱਚ ਇੱਕ ਦਿਨ ਆ ਜਾ ਬੜਾ ਨਸ਼ੇ ਵਿੱਚ ਜਬ ਕੁਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਬਸ ਉਸੇ ਵਕਤ ਨਸ਼ਾ ਉਤਰ ਗਿਆ ਗੱਲ ਵੀ ਕੋਈ ਸਮਝਾ ਦੇ ਪ੍ਰਭਤਾ ਜਿਹੜੀ ਜਿਸ ਦਿਨ ਪ੍ਰਭਤਾ ਚਲੀ ਜਾਏ ਉਸਦੇ ਵੀ ਨਸ਼ਾ ਉਤਰ ਜਾਂਦਾ ਨੀਂਦ ਨਹੀਂ ਹੋ ਪ੍ਰਭਤਾ ਜਾਣ ਲੱਗਿਆ ਦੇਰ ਵੀ ਖਰੀਦੀ ਹੋਈ ਹੈ ਨਾ ਝੂਠੀ ਹੈ ਅੱਜ ਹੈ ਕੱਲ੍ਹ ਨਹੀਂ ਇਹ ਨਸ਼ੇ ਨੇ ਪਰ ਗੁਰੂ ਨੇ ਆਖਿਆ ਸਗਲੇ ਮਦ ਛੁੱਛੇ ਇਹ ਝੂਠੇ ਨਸ਼ੇ ਹੁਣ ਸੋਚਿਓ ਜੇ ਸਾਰੇ ਨਸ਼ੇ ਝੂਠੇ ਨੇ ਤੇ ਗੁਰੂ ਆਖ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਖ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਵਾਲੇ ਲੋਕ ਇਹਨਾਂ ਨਸ਼ਿਆਂ ਵਿੱਚ ਕਿਵੇਂ ਲੱਗੇ ਹੋਏ ਸਾਨੂੰ ਇਹ ਪੱਖ ਵੀ ਜ਼ਰੂਰ ਨਾਲ ਨਾਲ ਚੇਤਨਤਾ ਨੂੰ ਸਮਝਣਾ ਪਏ ਗੁਰਦੁਆਰਿਆਂ ਵਿੱਚ ਭੰਗ ਕਿਵੇਂ ਰੱਖੇ ਜਾਂਦੇ ਗੁਰਦੁਆਰਿਆਂ ਵਿੱਚ ਨਸ਼ੇ ਕਿਵੇਂ ਆ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਵਾਨ ਨਹੀਂ ਕਰ ਸਕਦੇ ਮਤ ਸੋਚੇ ਕਹਿ ਰਹੇ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਲਾਈਨ ਐਸੀ ਜਿਹਦੇ ਵਿੱਚ ਗੁਰੂ ਇਹਨਾਂ ਨਸ਼ਿਆਂ ਨੂੰ ਸੰਸਾਰਿਕ ਨਸ਼ਿਆਂ ਨੂੰ ਮਸਤ ਨੂੰ ਪ੍ਰਵਾਨ ਕਰਦਾ ਹੋ ਤੇ ਜੇ ਪ੍ਰਵਾਨ ਨਹੀਂ ਤਾਂ ਗੁਰੂ ਘਰ ਵਿੱਚ ਕਿਵੇਂ ਆ ਗਏ ਧਰਮ ਸਥਾਨਾਂ 'ਤੇ ਕਿਵੇਂ ਆ ਗਏ ਮੈਂ ਪਿਛਲੇ ਦਿਨ ਚਰਚ ਕੀਤੀ ਸੀ ਅੱਜ ਚਲੇ ਜਾਓ ਹਜ਼ੂਰ ਸਾਹਿਬ ਉੱਥੇ ਦਿਹਾੜੀ ਨੂੰ ਤਿੰਨ ਵਾਰ ਭੰਗ ਰਗੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਥਾਨ 'ਤੇ ਵੀ ਭੋਗ ਲਵਾਇਆ ਜਾਂਦਾ ਸੰਗਤ ਨੂੰ ਵੀ ਵੰਡਿਆ ਜਾਂਦਾ ਮੈਂ ਕੱਲ੍ਹ ਹੀ ਪਰਸੋਂ ਰਾਤ ਦੀ ਗੱਲ ਹੈ ਬੋਲ ਰਿਹਾ ਸਰ ਕੈਲੀਫੋਰਨੀਆ ਫੈਸਨੋ 'ਤੇ ਇਸ ਵਿਸ਼ੇ 'ਤੇ ਗੱਲ ਚੱਲ ਪਈ ਉਹ ਚੀਜ਼ ਤੁਹਾਡੇ ਨਾਲ ਜ਼ਰੂਰ ਸਮਝਦਾ ਸਾਡੇ ਵਿੱਚ ਇਹ ਚੀਜ਼ ਜਿਹੜੀ ਚੀਜ਼ ਗੁਰਮਤ ਅਤੇ ਗੁਰਬਾਣੀ ਦੁਰਕਾਰ ਦੀ ਪ੍ਰਵਾਨ ਨਹੀਂ ਕਰਦੀ ਉਹ ਕਿਵੇਂ ਆਈ ਔਰ ਅਜੀਬ ਗੱਲ ਹੈ ਐਵੇਂ ਨਹੀਂ ਆਈ ਕਿਉਂਕਿ ਗੁਰੂ ਦੇ ਨਾਮ 'ਤੇ ਲਿਆਂਦੀ ਗਈ ਦੁੱਖ ਇਸ ਗੱਲ ਦਾ ਅਤੇ ਮੈਂ ਐਗਜ਼ਾਮਪਲ ਦੇ ਰਿਹਾ ਮੇਰੇ ਕੋਲ ਇੱਥੇ ਵੀ ਕਿਤਾਬ ਮੌਜੂਦ ਹੈ ਕਿਸੇ ਵੀਰ ਨੇ ਬਾਅਦ ਵਿੱਚ ਦੇਖਣੀ ਹੋਵੇ ਮੈਂ ਦੇਖਾ ਸਕਾਂ ਪਿਆਰਾ ਸਿੰਘ ਪਦਮ ਦੀ ਲਿਖੀ ਹੋਈ ਪੁਸਤਕ ਹੋ ਸਕਦਾ ਹੈ ਪੰਜ ਦਸ ਮਿੰਟਾਂ ਸੇ ਜ਼ਿਆਦਾ ਲੈ ਲਵਾਂ ਸ਼ੁਰੂ ਹੀ ਲੇਟ ਹੋਏ ਵਿੱਚ ਛੱਡਣਾ ਵੀ ਚਾਹੀਦਾ ਪਿਆਰਾ ਸਿੰਘ ਪਦਮ ਦੀ ਲਿਖੀ ਹੋਈ ਪੁਸਤਕ ਰਹਿਤਨਾਮੇ ਉਹਨੇ ਸੰਪਾਦਨਾ ਕੀਤੀ ਰਹਿਤਨਾਮੇ ਰਹਿਤਨਾਮੇ ਵਿੱਚ ਪਹਿਲਾਂ ਤਾਂ ਇੱਕ ਗੱਲ ਉਹਨੇ ਲਿਖ ਦਿੱਤੀ ਜਿਹੜੀ ਬੜੀ ਉਹਨੇ ਲਿਖਿਆ ਕਿ ਇਹ ਜਿੰਨੇ ਰਹਿਤਨਾਮੇ ਨੇ ਇਹ ਅਸਲ ਨਾਮਾ ਥੱਲੇ ਨਹੀਂ ਇਹ ਕਿਸੇ ਚਾਤਰ ਬੁੱਧੀਮਾਨ ਸਿੱਖ ਦੇ ਲਿਖੇ ਹੋਏ ਨੇ ਤੇ ਉਹਨਾਂ ਨੂੰ ਪ੍ਰਮਾਣਿਕਤਾ ਦਵਾਉਣ ਲਈ ਪ੍ਰਵਾਨ ਚੜ੍ਹਾਉਣ ਲਈ ਉਹਨਾਂ ਦੀ ਇੰਪੋਰਟੈਂਸ ਬਣਾਉਣ ਲਈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਮਕਾਲੀ ਸਿੱਖ ਨੇ ਉਹਨਾਂ ਦਾ ਨਾਮ ਲਿਖ ਰਿਹਾ ਨਾਮ ਵਰਤ ਰਿਹਾ ਇਹਦਾ ਮਤਲਬ ਝੂਠੇ ਨੇ ਪੜ੍ਹ ਸਕਦੇ ਉਹਦੇ 'ਚ ਬਕਾਇਦਾ ਨਾਮ ਲਿਖਿਆ ਭਾਈ ਨੰਦ ਲਾਲ ਦਾ ਰਹਿਤਨਾਮਾ ਭਾਈ ਕੇਸਰ ਕੇਸਰ ਸਿੰਘ ਛਿੱਬੜ ਦਾ ਰਹਿਤਨਾਮਾ ਭਾਈ ਚੋਪਾ ਸਿੰਘ ਦਾ ਰਹਿਤਨਾਮਾ ਜਿੰਨੇ ਰਹਿਤਨਾਮੇ ਨੇ
ਉਹਨਾਂ ਦੇ ਨਹੀਂ ਲਿਖੇ ਹੋਏ, ਇਹ ਕਿਸੇ ਹੋਰ ਦੇ ਲਿਖੇ ਹੋਏ ਨੇ, ਕੇਵਲ ਉਹਨਾਂ ਦਾ ਨਾਂ ਵਰਤਿਆ ਗਿਆ। ਤੁਸੀਂ ਪੜ੍ਹ ਸਕਦੇ ਇਸ ਤਰੀਕੇ ਨਾਲ ਵੀ ਮੈਂ ਆਪਣੀ ਜ਼ੁਬਾਨ ਨੂੰ ਕੋਈ ਰੱਖਾਂ ਅਤੇ ਤੁਸੀਂ ਕੋਈ ਸ਼ਬਦ ਦੱਸਣਾ, ਸਾਨੂੰ ਸਮਝਣਾ ਬਹੁਤ ਜ਼ਰੂਰੀ। ਇੱਕ ਜਾ ਕੇ ਅੱਗੇ ਪਤਾ ਨਹੀਂ ਕਿੰਨਾ ਦਬਾਅ ਪਿਆ ਹੈ, ਉਹ ਦਬਾਅ ਥੱਲੇ ਜੋ ਗੱਲ ਲਿਖੀ ਉਹ ਮੈਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਦਾ ਦੁਕਾਨ ਹੀ ਰਾਈਟਰ ਕਿਸੇ ਥਾਂ 'ਤੇ ਜਾ ਕੇ ਆਪਣੀ ਸੋਚ ਦੀ ਸੱਚਾਈ ਗੁਆ ਬੈਠਦਾ, ਅੱਗੇ ਜਾ ਕੇ ਇੱਕ ਲਫ਼ਜ਼ ਲਿਖਦਾ ਹੈ ਕਿ ਇੱਕ ਭਾਈ ਦੇਸਾ ਸਿੰਘ ਦਾ ਰਹਿਤਨਾਮਾ ਹੈ ਜਿਹੜਾ ਉਹਦਾ ਆਪਣਾ ਲਿਖਿਆ ਹੋਇਆ। ਅਤੇ ਫਿਰ ਕਹਿੰਦਾ ਭਾਈ ਦੇਸਾ ਸਿੰਘ ਉਹ ਨੇ ਜਿਹੜੇ ਭਾਈ ਮਨੀ ਸਿੰਘ ਜੀ ਦੇ 10 ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹਨਾਂ ਦੀ ਲਿਖਤ ਮੁਤਾਬਕ ਉਹ ਰਹਿਤਨਾਮਾ ਲਿਖਿਆ ਵੀ ਗੁਰੂ ਸਾਹਿਬ ਗੁਰੂ ਦਸਮ ਪਾਤਸ਼ਾਹ ਜੀ ਤੋਂ ਕਰੀਬ 70-80 ਸਾਲ ਬਾਅਦ ਹੈ। ਹੁਣ ਜਿਹੜੀ ਉਹਦੇ ਵਿੱਚ ਕਹਾਣੀ ਪਾ ਕੇ ਸਾਨੂੰ ਗੁਮਰਾਹ ਕੀਤਾ ਜਾ ਰਿਹਾ ਉਹ ਦੇਖਣਾ, ਕਿਉਂਕਿ ਕਿਸੇ ਰਹਿਤਨਾਮੇ ਵਿੱਚ ਕਿਸੇ ਥਾਂ 'ਤੇ ਦਸਮ ਗ੍ਰੰਥ ਦਾ ਨਾਮ ਨਹੀਂ। ਇੱਥੇ ਕਿਸ ਢੰਗ ਨਾਲ ਪੈਦਾ ਕੀਤਾ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਭਾਈ ਦੇਸਾ ਸਿੰਘ ਲਿਖਦਾ ਆਪਣੇ ਰਹਿਤਨਾਮੇ ਵਿੱਚ, ਮੇਰੀ ਹੱਡ ਬੀਤੀ ਆਪ ਬੀਤੀ ਦੇ ਨਾਮ ਥੱਲੇ, ਕਹਿੰਦਾ ਮੈਂ ਅੰਮ੍ਰਿਤਸਰ ਰਹਿ ਰਿਹਾ ਸਾਂ, ਜੱਸਾ ਸਿੰਘ ਆਲੂਵਾਲੀਆ ਜਿਸ ਮਰਾਲੀ ਦੇ ਡੂੰਘੇ ਵਿੱਚ ਰਹਿੰਦਾ ਸੀ ਮੈਂ ਵੀ ਉਹਦੇ ਵਿੱਚ ਰਹਿ ਰਿਹਾ ਸੀ ਬਾਅਦ ਵਿੱਚ। ਇਹਦਾ ਮਤਲਬ ਭਾਈ ਜੱਸਾ ਸਿੰਘ ਆਲੂਵਾਲੀਆ ਤੋਂ ਬਾਅਦ ਦੀ ਗੱਲ ਹੈ, ਰਹਿ ਰਿਹਾ ਸੀ। ਮਨ ਵਿੱਚ ਖਿਆਲ ਆਇਆ ਤੀਰਥ ਯਾਤਰਾ ਕਰ, ਯਾਤਰਾ ਨਹੀਂ ਕਰੋ ਇੱਕ ਰੁਪਿਆ, ਪਟਨਾ ਸਾਹਿਬ ਪੁੱਜਿਆ, ਉੱਥੇ ਮੈਂ 20 ਦਿਨ ਠਹਿਰੇ। ਮੈਂ ਕਹਿੰਦਾ ਉਹ ਲਿਖੀ ਚੀਜ਼ ਅੱਜ ਵੀ ਮੌਜੂਦ ਹੈ, ਬਿਲਕੁਲ ਠੀਕ ਹੈ। 20 ਦਿਨ ਮੈਂ ਪਟਨੇ ਠਹਿਰੇ ਅਤੇ 20 ਦਿਨਾਂ ਬਾਅਦ ਮੈਂ ਉੱਥੋਂ ਅਗਲੇ ਚਾਲੇ ਲਈ ਅਗਲੀ ਯਾਤਰਾ ਲਈ ਤੁਰ ਪਿਆ। ਕੁਛ ਸਮਾਂ ਸਫ਼ਰ ਕਰਕੇ ਉਦੋਂ ਪੈਦਲ ਯਾਤਰਾ ਹੀ ਹੁੰਦੀ ਸੀ, ਥਕਾਵਟ ਮਹਿਸੂਸ ਹੋਈ, ਮੈਂ ਕੰਬਲ ਵਿਛਾਇਆ ਅਤੇ ਸੌ ਗਿਆ। ਹੁਣ ਦੇਖੋ ਕਿਸ ਢੰਗ ਨਾਲ ਕਿਸ ਰੂਪ ਦੇ ਨੂੰ ਵਰਤ ਕੇ ਕਿਸ ਸਾਜਿਸ਼ ਨਾਲ ਸਾਡੀ ਝੋਲੀ ਕੀ ਪਾਇਆ ਜਾਂਦਾ। ਸੋਚਿਆ ਮੈਨੂੰ ਸੁਪਨਾ ਆਇਆ, ਭਾਈ ਦੇਸਾ ਸਿੰਘ ਲਿਖਦਾ ਸੋਚਿਆ ਮੈਨੂੰ ਸੁਪਨਾ ਆਇਆ, ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜਗ੍ਹਾ ਤੁਲਦੀ ਸਜਾਈ ਹੋਈ, ਘੋੜੇ ਤੇ ਸਵਾਰ ਹੱਥ ਦੇ ਬਾਅਦ ਬੜੇ ਖੂਬਸੂਰਤ ਚਿਹਰੇ ਨਾਲ ਮੇਰੇ ਕੋਲ ਆ ਗਏ ਸੁਪਨੇ ਵਿੱਚ। ਗੱਲ ਸੁਪਨੇ ਦੀ ਫਾਇਦਾ ਉਹਨੂੰ ਇਹ ਹੈ ਕਿ ਸੁਪਨੇ ਦੀ ਗੱਲ ਕਹਿਣ ਨਾਲ ਕੋਈ ਪ੍ਰੂਫ ਦੇਣ ਦੀ ਲੋੜ ਹੀ ਨਹੀਂ। ਆ ਗਏ ਅਤੇ ਕਹਿਣ ਲੱਗੇ ਭਾਈ ਦੇਸਾ ਸਿੰਘ ਵੇਖ ਮੈਂ ਆਪਣੇ ਸਮੇਂ ਅੰਦਰ ਬੜਾ ਕੁਝ ਲਿਖਿਆ ਉੱਥੇ ਨਾਲ ਸੁਨੇਤੀ ਦਸਮ ਗ੍ਰੰਥ ਝੋਲੀ ਪਾਉਣ ਦਾ ਤਰੀਕਾ ਸੁਪਨੇ ਦਾ, ਅਤੇ ਵੇਖ ਮੈਂ ਬਹੁਤ ਕੁਝ ਲਿਖਿਆ, ਮੈਂ ਬਚਿੱਤਰ ਨਾਟਕ ਲਿਖਿਆ, ਮੈਂ ਅਕਾਲ ਉਸਤਤ ਲਿਖੀ, ਮੈਂ 24 ਅਵਤਾਰ ਲਿਖੇ, ਮੈਂ ਚਰਿੱਤਰ ਖਿਆਲ ਲਿਖੇ, ਸਾਰੀ ਪੂਰੀ ਲਿਸਟ ਦੇ ਦਿੱਤੀ। ਮੈਨੂੰ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਮੈਂ ਸਭ ਕੁਝ ਲਿਖਿਆ। ਅਤੇ ਅਖੀਰ 'ਤੇ ਕੀ ਕਹਿੰਦੇ ਨੇ ਵੀ ਦੇਸਾ ਸਿੰਘ ਮੈਂ ਸਭ ਕੁਝ ਲਿਖਿਆ ਪਰ ਮੈਂ ਰਹਿਤਨਾਮਾ ਨਹੀਂ ਲਿਖ ਸਕਿਆ। ਸਾਸ਼ਾ ਪਛਾਣੋ, ਸਾਡਾ ਦੁਖਾਂਤ ਇਹ ਹੈ ਅਸੀਂ ਸਾਜਿਸ਼ ਦੀ ਗਹਿਰਾਈ ਵਿੱਚ ਨਾ ਜਾ ਕੇ ਗੁਮਰਾਹ ਹੋ ਜਾਂਦੇ ਹਾਂ। ਕਹਿੰਦਾ ਮੈਂ ਸਭ ਕੁਝ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਪਰ ਮੈਂ ਰਹਿਤਨਾਮਾ ਨਹੀਂ ਲਿਖ ਸਕਿਆ, ਇਸ ਲਈ ਮੈਂ ਤੈਨੂੰ ਕਹਿੰਦਾ ਕਿ ਤੂੰ ਰਹਿਤਨਾਮਾ ਲਿਖ। ਅੱਗੋਂ ਭਾਈ ਦੇਸਾ ਸਿੰਘ ਲਿਖਦਾ ਕਿ ਮੈਂ ਬੇਨਤੀ ਕੀਤੀ ਸੀ, ਮੈਂ ਤਾਂ ਅਨਪੜ੍ਹ ਸਿੱਖ ਪੜ੍ਹਿਆ ਲਿਖਿਆ ਨਹੀਂ, ਮੈਂ ਕਦੀ ਲਿਖਿਆ ਨਹੀਂ, ਮੈਂ ਰਹਿਤਨਾਮਾ ਕਿਵੇਂ ਲਿਖਾਂਗਾ। ਤੇ ਗੁਰੂ ਗੋਬਿੰਦ ਸਿੰਘ ਦੇਖੋ ਪ੍ਰਮਾਣਿਕਤਾ ਦਿਵਾਉਣ ਲਈ ਕਿਹੜੇ ਲਫ਼ਜ਼ ਵਰਤੇ ਜਾਂਦੇ ਨੇ। ਅੱਗੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਨਹੀਂ ਭਾਈ ਦੇਸਾ ਸਿੰਘ ਤੇਰੀ ਜ਼ਬਾਨ ਤੇ ਤੇਰੀ ਕਲਮ ਤੇ ਮੈਂ ਬੈਠਾਂਗਾ, ਜੋ ਕੁਝ ਤੂੰ ਲਿਖੇਗਾ ਮੈਂ ਲਿਖਾਂਗਾ। ਪ੍ਰਮਾਣਿਕਤਾ ਹੋ ਗਈ ਨਾ ਉਸ ਰਹਿਤਨਾਮੇ ਵਿੱਚ, ਰਹਿਤਨਾਮੇ ਨਹੀਂ ਪ੍ਰਮਾਣਿਕ ਗੋਬਿੰਦ ਸਿੰਘ ਸਾਹਿਬ ਆਪ। ਔਰ ਫਾਇਦਾ ਇਹ ਕਿ ਪ੍ਰੂਫ ਦੇਣ ਦੀ ਲੋੜ ਹੀ ਨਹੀਂ, ਸੁਪਨਾ ਪੜ੍ਹ ਸਕਦੇ ਹੋ, ਮੈਂ ਕੋਈ ਕਿਤਾਬ ਕਹੀ ਤੁਸੀਂ ਪੜ੍ਹ ਲਓ। ਔਰ ਇੱਕ ਐਸੇ ਰਾਈਟਰ ਦੀ ਕਿਤਾਬ ਹੈ ਜਿਹਨੂੰ ਦੀ ਪ੍ਰਮਾਣਿਕਤਾ ਮੰਨੀ ਜਾਂਦੀ, ਪਿਆਰਾ ਸਿੰਘ ਪਦਮ ਦਾ ਨਾਂ ਕਿਸੇ ਕੋਲ ਲਓ, ਉਹ ਕਹਿੰਦਾ ਹੈ
कि गुरु गोबिंद सिंह साहब ने आख्या जो कुछ तू लिखेगा समझी वो मैं लिख रहा क्योंकि तेरी जबान ते तेरे हिरदे च मैं बैठ के लिखाण लगा ਤਾਂ ਮੈਂ ਲਿਖਣਾ ਸ਼ੁਰੂ ਕੀਤਾ ਹੁਣ ਸੋਚ ਲਓ ਇਹਦਾ ਮਤਲਬ ਹੋ ਗਿਆ ਭਾਈ ਦੇਸਾ ਸਿੰਘ ਦਾ ਜਿਹੜਾ ਰਹਿਤਨਾਮਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਰਹਿਤਨਾਮਾ ਇਸ ਸੁਪਨੇ ਤੋਂ ਇਸ ਖੁਆਬ ਤੋਂ ਇਸ ਹੱਡ ਬੀਤੀ ਤੋਂ ਸਾਬਤ ਹੋ ਗਿਆ ਹੁਣ ਮੈਂ ਉਸ ਪਾਸੇ ਜਾਣਾ ਚਾਹੁੰਦਾ ਹੁਣ ਉਸ ਰਹਿਤਨਾਮੇ ਨੂੰ ਪੜ੍ਹੋ ਜਿਹੜਾ ਭਾਈ ਦੇਸਾ ਸਿੰਘ ਕੋਲ ਲਿਖਾਇਆ ਗਿਆ ਗੱਲ ਚੱਲੀ ਸੀ ਨਸ਼ਿਆਂ ਦੀ ਭਾਈ ਦੇਸਾ ਸਿੰਘ ਵਾਲਾ ਰਹਿਤਨਾਮਾ ਜਿਹਦੇ ਉੱਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੁਪਨੇ ਵਿੱਚ ਮੋਹਰ ਲਾਉਂਦਾ ਲਫਜ਼ ਨੇ ਰੱਤੀ ਅਫੀਮ ਜੋ ਮਾਸਾ ਭੰਗ ਤਿੰਨ ਕੋ ਖਾਵੇ ਨਿਤ ਨਿਸੰਗ ਕਿਵੇਂ ਆ ਗਿਆ ਨਸ਼ੇ ਸਾਡੇ ਵਿੱਚ ਜਿਹਨੂੰ ਗੁਰੂ ਪ੍ਰਵਾਨ ਨਹੀਂ ਕਰ ਰਿਹਾ ਕਿਉਂਕਿ ਬਾਬਾ ਕਬੀਰ ਜੀ ਦਰਸ਼ਨ ਦਾ ਨਸ਼ੇ ਦੇ ਸੰਬੰਧ ਵਿੱਚ ਮੈਂ ਤਾਂ ਤੁਹਾਡੇ ਨਾਲ ਸਵਾਲ ਕਰ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਲਿਖਾ ਰਹੇ ਨੇ ਭਾਈ ਦੇਸਾ ਸਿੰਘ ਕੋਲੋਂ ਜੇ ਭਾਈ ਦੇਸਾ ਸਿੰਘ ਦੀ ਬਾਕੀ ਗੱਲ ਬਣੀ ਹੈ ਤੇ ਇਹ ਵੀ ਮੰਨਣੀ ਪਏਗੀ ਬਿਲਕੁਲ ਆਪ ਲਿਖਾ ਰਹੇ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਾ ਰਹੇ ਨੇ ਕਿ ਸਿੱਖ ਰੋਜ਼ ਦੀ ਰੱਤੀ ਅਫੀਮ ਵੀ ਖਾ ਸਕਦਾ ਮਾਸਾ ਭੰਗ ਵੀ ਖਾ ਸਕਦਾ ਫਿਰ ਗੁਰਦੁਆਰਿਆਂ ਵਿੱਚ ਕਿਉਂ ਨਾ ਆਏਗੀ ਅੱਗੇ ਜਾ ਕੇ ਇੱਥੋਂ ਤੱਕ ਲਿਖ ਦਿੱਤਾ ਕਿ ਰਣਵੇ ਚਲੇ ਤਾਂ ਮਦਰਾ ਪਾਖੇ ਮਦਰਾ ਸੇਵੇ ਇਹ ਮੈਦਾਨੀ ਜੰਗ ਵਿੱਚ ਜਾਵੇ ਸ਼ਰਾਬ ਪੀ ਕੇ ਜਾਵੇ ਕੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਾ ਰਹੇ ਨੇ ਭਾਈ ਦੇਸਾ ਸਿੰਘ ਦੇ ਹਿਰਦੇ ਵਿੱਚ ਬੈਠ ਕੇ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਉਹ ਭਲਿਓ ਸਾਨੂੰ ਬਹੁਤ ਚੇਤਨਤਾ ਨਾਲ ਜੀਵਣਾ ਪਏਗਾ ਇਹੋ ਨਸ਼ੇ ਸਾਡੇ ਬੱਚਿਆਂ ਵਿੱਚ ਆ ਗਏ ਨੇ ਇਹੋ ਨਸ਼ੇ ਸਾਡੇ ਗੁਰਦੁਆਰਿਆਂ ਵਿੱਚ ਆ ਗਏ ਨੇ ਨਾਮ ਗੁਰੂਆਂ ਦਾ ਵਰਤਿਆ ਗਿਆ ਅੱਜ ਵੀ ਉਹ ਕਿਤਾਬਾਂ ਸਾਡੇ ਸਾਹਮਣੇ ਸਾਡੇ ਪ੍ਰਚਾਰ ਵਿੱਚ ਆ ਗਈਆਂ ਨੇ ਉਹਨਾਂ ਦਾ ਐਗਜ਼ਾਮਪਲ ਦੇ ਕੇ ਉਹਨਾਂ ਦੀ ਰੈਫਰੈਂਸ ਦੇ ਕੇ ਹੀ ਅੱਗੇ ਚੱਲ ਰਹੇ ਮੈਂ ਕਹਿੰਦਾ ਪੜ੍ਹ ਕੇ ਲਿਖ ਸਕਦੇ ਔਰ ਕਿਹੜੀ ਅਜੀਬ ਗੱਲ ਹੈ ਰਹਿਤਨਾਮਾ ਲਿਖਣ ਵਾਲਾ ਬਾਕੀ ਗੱਲਾਂ ਛੱਡ ਕੇ ਇੱਕ ਗੱਲ ਤੇ ਸਪੈਸ਼ਲ ਜ਼ੋਰ ਦੇ ਰਿਹਾ ਉਹ ਇਹ ਕਿ ਸਿੱਖ ਜਿਹੜਾ ਰਹਿਤਨਾਮ ਸਿੱਖ ਹੈ ਉਹਦੀ ਨਿਸ਼ਾਨੀ ਇਹ ਉਹ ਗਊ ਤੇ ਬ੍ਰਾਹਮਣ ਦੀ ਰੱਖਿਆ ਕਰਦਾ ਉੱਥੇ ਗਊ ਗਰੀਬ ਦੀ ਵੀ ਨਹੀਂ ਆਪਾਂ ਤਾਂ ਗਊ ਗਰੀਬ ਕਹਿ ਦਿੰਦੇ ਹਾਂ ਉੱਥੇ ਗਊ ਬ੍ਰਾਹਮਣ ਕਹਿੰਦਾ ਤਰ ਲਿਖਾਉਣ ਵਾਲਾ ਕਿ ਸਾਜਿਸ਼ ਵਿਛੜ ਕਹਿੰਦਾ ਗਊ ਤੇ ਬ੍ਰਾਹਮਣ ਦੀ ਰੱਖਿਆ ਕਰੇ ਤੁਰਕ ਨਾਲ ਮੁਸਲਮਾਨ ਨਾਲ ਬਿਲਕੁਲ ਸੰਬੰਧ ਨਾ ਰੱਖੇ ਰਹਿਤਨਾਮ ਸਿੱਖ ਉਹੀ ਹੈ ਰਹਿਤਵਾਨ ਸਿੱਖ ਉਹੀ ਹੁਣ ਤੁਸੀਂ ਸਾਰੀ ਗੱਲ ਤੋਂ ਆਪੇ ਹੀ ਅੰਦਾਜ਼ਾ ਲਗਾ ਲਿਓ ਕਿ ਕਿਵੇਂ ਗੁਰੂਆਂ ਦੇ ਨਾਮ ਥੱਲੇ ਅਤੇ ਸੁਪਨਿਆਂ ਦੇ ਨਾਮ ਥੱਲੇ ਸਾਨੂੰ ਗੁੰਮਰਾਹ ਕੀਤਾ ਜਾਂਦਾ ਅਤੇ ਸਾਡੇ ਘਰਾਂ ਵਿੱਚ ਸਾਡੇ ਪਰਿਵਾਰਾਂ ਵਿੱਚ ਸਾਡੇ ਅਸਥਾਨਾਂ 'ਤੇ ਧਰਮ ਨਾਮ ਥੱਲੇ ਨਸ਼ੇ ਕਿਵੇਂ ਪ੍ਰਚਲਿਤ ਹੋਏ ਨੇ ਹਾਲਾਂਕਿ ਗੁਰੂ ਆਪਣੀ ਰਚਨਾ ਤੋਂ ਬਾਬਾ ਕਬੀਰ ਜੀ ਦੇ ਰਾਣੀ ਵੀ ਇਹ ਸਪਸ਼ਟ ਕਰ ਰਿਹਾ ਕਹਿ ਕਬੀਰ ਸਗਲੇ ਮਦ ਛੂਛੇ ਕਹਿੰਦਾ ਆ ਨਾਮ ਦਾ ਨਸ਼ਾ ਤਿਆਰ ਕਰ ਜਿਹੜਾ ਇਸ ਕਾਇਆਂ ਦੇ ਅੰਦਰੋਂ ਪੈਦਾ ਹੁੰਦਾ ਹੈ ਇਸ ਦੇ ਅੰਦਰੋਂ ਪੈਦਾ ਹੁੰਦਾ ਹੈ ਸਭ ਕੁਛ ਕਰਮਾ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਈ ਕਹਿਣ ਲੱਗੇ ਉਹ ਨਾਮ ਦਾ ਰਸ ਨਾਮ ਦਾ ਨਸ਼ਾ ਤੂੰ ਆਪਣੇ ਜੀਵਨ ਵਿੱਚ ਅੰਦਰੋਂ ਪੈਦਾ ਕਰ ਪੈਦਾ ਹੁੰਦਾ ਹੈ ਗੁਰੂ ਦੀ ਰਹਿਮਤ ਨਾਲ ਕਹਿਣ ਲੱਗੇ ਮੈਂ ਉਸ ਕਲਾਲੀ ਨੂੰ ਉਸ ਕਲਾਲਨ ਨੂੰ ਜਿਹੜਾ ਸਾਕੀ ਹੈ ਜਿਹੜਾ ਮੈਨੂੰ ਉਹ ਪੂਰਾ ਸਾਗ ਪਿਆਲਾ ਸਹਿਜੇ ਪਿਆਉਂਦਾ ਹੈ ਮੈਂ ਉਸ ਗੁਰੂ ਦੀ ਢੂੰਡ ਕਰ ਰਿਹਾ ਮੈਂ ਉਹਦੇ ਨਾਲ ਜੁੜਨਾ ਚਾਹੁੰਦਾ ਆਪਣੇ ਜਪ ਤਪ ਸੰਯਮ ਜਿਹਨੇ ਨੇ ਉਹਦੀ ਭੇਟਾ ਕਰਨਾ ਚਾਹਣਾ ਕਰਮ ਕਾਂਡ ਦੱਸੇ ਹੋਏ ਬ੍ਰਾਹਮਣਿਜ਼ਮ ਦੇ ਤੀਰਥ ਵਰਤ ਨੇਮ ਸੁਰ ਸੰਯਮ ਰਵ ਸੱਸ ਗਹਿਣੇ ਦਿਓ ਦੇ ਸਭ ਕੁਝ ਮੈਂ ਉਹਨੂੰ ਦੇਣਾ ਆ ਲੈ ਲੈ ਇਹ ਪਰ ਮੈਨੂੰ ਨਾਮ ਰਸ ਦਾ ਉਹ ਅਸਲ ਨਸ਼ਾ ਮੇਰੇ ਅੰਦਰ ਪੈਦਾ ਕਰ ਜਿਹਦੀ ਮਸਤੀ ਵਿੱਚ ਮੈਂ ਹਮੇਸ਼ਾ ਜੀਵਾਂ ਮੈਨੂੰ ਸੰਸਾਰਿਕ ਨਸ਼ਿਆਂ ਦੀ ਲੋੜ ਨਾ ਪਵੇ ਬਾਬਾ ਕਬੀਰ ਜੀ ਦਾ ਫੈਸਲਾ ਹੈ ਕਹਿੰਦੇ कबीर सगले मद छूछे ਇਹ
ਸਾਰੀਆਂ ਚੀਜ਼ਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੈਨੂੰ ਸੁਪਨੇ ਵਿੱਚ ਆਖ ਦਿੱਤੀਆਂ, ਮੈਂ ਬਣਾਈਆਂ ਮੇਰੀਆਂ ਰਚਨਾ ਤੇ ਨਾਲ ਸਾਡੇ ਘਰਾਂ ਸਾਡੇ ਵਿਹੜੇ ਸਾਡੇ ਬੱਚੇ ਸਾਡੀ ਜਨਰੇਸ਼ਨ ਵਿੱਚ ਨਸ਼ੇ ਖੋਰੀ ਦਾ ਪਰਿਵਰਤਨ ਵੀ ਲਾਇਆ। ਇਹ ਤਾਂ ਗੁਰੂ ਕੋ ਹੁਕਮ, ਗੁਰੂ ਰਹਿਤਨਾਵਾਂ ਲਿਖਵਾਉਂਦਾ ਤੇ ਆਖਦਾ ਰੱਤੀ ਅਫੀਮ ਜੋ ਮਾਸਾ ਭੰਗ ਤਿਨਕੋ ਖਾਵੇ ਨਿਤ ਨਸਾ, ਗੁਰੂ ਲਿਖਵਾਉਂਦਾ ਨਾ ਗੁਰੂ ਦਾ ਜੋ ਕੁਝ ਵੀ ਵਿਚਾਰ ਜੋ ਜੋ ਗੁਣਾ ਉਹਨਾਂ ਗ੍ਰੰਥਾਂ ਰਾਹੀਂ ਗੁਰੂ ਦੇ ਨਾਮ ਥੱਲੇ ਸਾਡੇ ਘਰ ਵਿਹੜੇ ਆ ਜਾਣਗੇ ਉਹਨੂੰ ਅਸੀਂ ਕਿਵੇਂ ਕਰ ਸਕਾਂਗੇ। ਔਰ ਇਸੇ ਲਈ ਇਸ ਅੱਜ ਦੇ ਯੁਗ ਅੰਦਰ ਪੜ੍ਹੇ ਲਿਖੇ ਯੁਗ ਅੰਦਰ ਵਿਚਾਰਵਾਨ ਯੁਗ ਅੰਦਰ ਅਜੇ ਤੱਕ ਗੁਰਦੁਆਰਿਆਂ ਵਿੱਚ ਨੀਲੇ ਪੀਲੇ ਬਾਣੇ ਪਹਿਨ ਕੇ ਉੱਥੇ ਹੀ ਪੰਗਾਂ ਰਗੜੀਆਂ ਜਾਂਦੀਆਂ ਨੇ, ਉੱਥੇ ਹੀ ਭੋਗ ਲਵਾਏ ਜਾਂਦੇ ਨੇ, ਉੱਥੇ ਹੀ ਪੀਤੀਆਂ ਜਾਂਦੀਆਂ। ਕਹਿੰਦੇ ਜੀ ਸਾਨੂੰ ਤਾਂ ਗੁਰੂ ਦਾ ਹੁਕਮ ਹੈ, ਗੁਰੂ ਦਾ ਸੋ ਭਰਿਓ ਆਓ ਇਹੋ ਜਿਹੇ ਕੰਮਾਂ ਨਾਲ ਅਸੀਂ ਗੁਰੂ ਨੂੰ ਬਦਨਾਮ ਨਾ ਕਰੀਏ। ਗੁਰੂ ਤਾਂ ਕਹਿੰਦਾ ਆਪਣੀ ਰਸਨਾ ਤੋਂ ਫੈਸਲਾ ਦਿੰਦਾ, ਕਿਸੇ ਪਿਆਰੇ ਜਾ ਕੋ ਨਦਰ ਕੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਨ ਛੂਛੇ ਪਾਉ ਤਲੇ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਜੀਵਨ ਦਾ ਫੈਸਲਾ ਕਰਾਂਗੇ ਤਾਂ ਅਸੀਂ ਤਦ ਹੀ ਇਹਨਾਂ ਨਸ਼ਿਆਂ ਤਦ ਹੀ ਇਹਨਾਂ ਮਨਮਰਥੀਆਂ ਅਤੇ ਇਹਨਾਂ ਪ੍ਰਵਿਰਤੀਆਂ ਤੋਂ ਬਚ ਸਕਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਕੇ ਥਾਂ ਫਤਿਹ ਬੁਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।